ਪੁਰਸ ਵਾਲੇ ਨੂੰ ਫੋਨ ਕਰ ਹੀ ਦੇਣਾ ਗੱਡੀ ਨੂੰ ਤੂੰ ਆ ਗਈ ਆਦਾ ਯਾਰ ਪੁਰਸ ਵਾਲੇ ਨੂੰ ਤੂੰ ਆ ਗਈ ਆਦਾ ਫਿਰ ਤੇਰੀ ਵੱਡੇ ਚੈਨਲ ਵਾਲਾ ਇੰਟਰਵਿਊ ਕਰਨ ਆਉਣਗੇ ਸੋਣਾ ਜਾ ਮਰੀ ਨੀਂਦ ਖਾਵੇ ਆ ਜੂ ਤੇ ਹੁਣ ਇਹ ਬਹਾਨੇ ਲਾ ਰਿਹਾ ਤੂੰ ਤਾਂ ਮੈਂ ਤਾਂ ਸੋਣਾ ਜਾ ਸੋਣਾ ਸੋਣਾ ਨਹੀਂ ਇੰਟਰਵਿਊ ਜੀ ਨਹੀਂ ਸੌਂਦੇ ਹੁੰਦੇ ਇੰਟਰ ਤੂੰ ਬੁਲਛਵਾ ਨਹੀਂ ਹਾਂ ਨੂੰ ਆਦਾ ਫਿਰ ਜਾ ਇੰਟਰਵਿਊ ਕਰਾ ਲੈ ਸਿੱਧੀ ਮੈਂ ਨਹੀਂ ਦੇਖਣਾ ਹਾਂ ਪਤੰ ਮੇਬਲੀ ਵਾਲਾ ਦੀ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਬੈਠਾ ਮੈਂ ਅੱਜ ਬੈਠਾ ਮੈਂ ਸਤਵੀਰ ਨਾਲ ਸਤਵੀਰ ਬਿੱਲਾ ਮੈਂ ਅੱਜ ਕੈਵਲਨ ਆ ਬੈਠਾ ਠੀਕ ਆ ਅੱਜ ਤੁਹਾਡੇ ਵਾਸਤੇ ਦਰਸ਼ਕੋ ਇੱਕ ਵੱਡੀ ਇੰਟਰਵਿਊ ਲੈ ਗਏ ਆ ਪੰਜ ਚਾਰ ਮਿੰਟਾਂ ਦੀ ਹਾਂ ਉਹ ਸਾਡੇ ਸਾਡੀ ਆਖਦੀ ਸਾਡੇ ਸੋਦੀ ਹਾਂ ਪੰਜ ਸੱਤ ਮਿੰਟਾਂ ਦੀ ਹਾਂ ਗੱਲਬਾਤ ਸੁਣਾਉਣੀ ਅੱਜ ਵੀ ਸਤਵੀਰ ਕੀ ਕਰਦਾ ਹੁੰਦਾ ਸਾਰਾ ਦਿਨ ਘਰੇ ਹਾਂ ਤੇ ਚੌੜ ਕਰਦਾ ਹੁੰਦਾ ਜਾਂ ਇਹ ਕੰਮ ਕਰਦਾ ਹਾਂ ਚੌੜ ਕਰਦੀ ਆ ਬਈ ਵੀਡੀਓ ਕਿ ਸਾਰੀ ਕੀ ਆ ਹਾਂ ਹੈਨਾ ਚਲ ਹੋਰ ਚੌੜ ਨਹੀਂ ਕਰਦਾ ਠੀਕ ਹੈ ਠੀਕ ਹੈ ਜੇ ਪਰ ਇਹਦੀ ਵੀਡੀਓ ਚੱਲ ਗਈ ਇਹ ਤਾਂ ਸਤਵੀਰ ਨੂੰ ਇੱਕ ਵਧੀਆ ਜਿਹਾ ਗਿਫਟ ਦੇਵਾਂਗੇ ਦੇਖੋ YouTube ਤੇ ਪਾਵਾਂਗੇ ਵੱਡਾ ਗਿਫਟ ਹੈ ਵੱਡਾ ਗਿਫਟ ਪਰ ਜੇ ਤੇਰੀ ਵੀਡੀਓ ਚੱਲ ਗਈ ਤਾਂ ਹਾਂ ਤਾਂ ਤਾਂ ਉਹ ਹੁਣ ਚਲਾਉਣਗੇ ਕੌਣ ਲੋਕ ਤਾਂ ਤਾਂ ਦੇ ਛਗਲੇ ਲੋਕ ਜਾਣਗੇ ਹਾਂ ਉਹਨਾਂ ਨੇ ਕਹਦੇ ਵੀਡੀਓ ਸ਼ੇਅਰ ਕਰਦੇ ਇਸ ਲਈ ਵੀਡੀਓ ਸ਼ੇਅਰ ਕਰਦੇ ਆ ਅੱਜ ਪੂਰੀ ਗੱਲਬਾਤ ਕਰਦੇ ਆ ਤੇ ਇਹਦਾ ਨਾ ਸਤਵੀਰ ਹਾਂ ਇਹ ਤਾਂ ਅਸਲ ਤਸਵੀਰ ਬਿੱਲਾ ਹਰੀਗੜ ਵਾਲਾ ਹਾਂ ਬਿੱਲਾ ਹਰੀਗੜ ਵਾਲਾ ਠੀਕ ਹੈ ਜੀ ਤੇ ਇਹ ਸਭ ਤੋਂ ਪਹਿਲਾਂ ਇਹਦੀ ਆਪਾਂ ਉਮਰ ਦੱਸਦੇ ਕਿੰਨੇ ਸਾਲ ਦਾ ਕਿੰਨੇ ਸਾਲ ਦਾ ਵੀ 2.5 ਦਾ 2.5 ਦਾ ਹਾਂ ਤੂੰ ਯਾਰ ਪਹਿਲਾਂ ਵੀ ਕਿਹਾ ਸੀ ਮੈਂ 2.5 ਸਾਲ ਦਾ ਹਾਂ 2.5 ਸਾਲ ਦੀ ਖੜਾ ਤੂੰ ਇੱਕ ਨੰਬਰ ਤੇ 2.5 ਸਾਲ ਦਾ ਜਿਆ ਇੱਕ ਨੰਬਰ ਤੇ 2 ਨੰਬਰ ਦਾ ਹੋ ਜਾਇਆ ਪਹਿਲਾਂ 2 ਸਾਲ ਦਾ ਸੀ ਹਾਂ ਹੁਣ 2.5 ਦਾ ਹੋ ਗਿਆ ਹੁਣ ਤਾਂ 2.5 ਹੁੰਦਾ ਹੁਣ ਤੂੰ 2.5 ਦਾ ਫਿਰ 3 ਦਾ ਹੋ ਜਾਏਗਾ 3 ਦਾ ਕਿੰਨੇ ਦਾ ਉਧਰ ਨਹੀਂ ਜਾਣਾ ਆਪਣੇ ਠੀਕ ਆ ਹੁਣ ਤੈਨ ਜਦੋਂ ਮਤਰਾ ਤੂੰ 3 ਸਾਲ ਦਾ ਹੋ ਗਿਆ ਤੈਨੂੰ ਲਾਉਣਾ ਫਿਰ ਸਕੂਲ ਮਿੱਤਰੋ ਇਹਨਾਂ ਨੂੰ ਇਹ ਮੈਂ ਤਾਂ ਵੀਡੀਓ ਖਾ ਬਾਜੂ ਹਾਂ ਹੋਰ ਕਿਵੇਂ ਇਹ ਮੈਂ ਤਾਂ ਜਿੰਨੇ ਲੋਕ ਕਿੱਤੇ ਸਾਰੇ ਇਕੱਠੇ ਹੁੰਦੇ ਨਹੀਂ ਹੁੰਦੇ ਨਹੀਂ ਇਕੱਠੇ ਦੇਖਦੇ ਨਹੀਂ ਚਲ ਜਿੰਨੇ ਕਿ ਦੇਖਣਗੇ ਉੰਨੇ ਕਿ ਠੀਕ ਆ ਤੇ ਉਹ ਤੋਂ ਬਿਨ ਆਪਾਂ ਹੁਣ ਇਹ ਤੋਂ ਪੁੱਛਦਾ ਵੀ ਇਹ ਕੀ ਕੀ ਕਰਦਾ ਹੁੰਦਾ ਸਤਵੀਰ ਹਾਂ ਸਭ ਤੋਂ ਪਹਿਲਾਂ ਤੂੰ ਦੱਸ ਤੜਕੀ ਕਿੰਨੇ ਵਜੇ ਉੱਠਦਾ ਹੁੰਦਾ ਹਾਂ ਸਾਡੇ ਹੋ ਜਾ ਸਾਡੇ 8 ਵਜੇ 8:30 ਵਜੇ ਵੀ 6:30 ਵਜੇ ਉੱਠ ਕੇ ਕੀ ਕਰਦਾ ਹੁੰਦਾ ਦੱਸ 5 ਵਜੇ ਮੈਂ ਪਾਣੀ ਪੀਣਾ ਨਾ ਰੋਟੀ ਖਾਣਾ ਨਾ ਪਾਣੀ ਪੀਣਾ ਹੁੰਦਾ ਹਾਂ ਫਿਰ ਚਾਹ ਪੀਣਾ ਨਾ ਚਾਹ ਦਾ ਸਕੀਨ ਆ ਹਾਂ ਲੱਗਦੀ ਤਾਂ ਹੈ ਰਿਆ ਠੰਡ ਹੂੰ ਅੱਜ ਦਾ ਮੌਸਮ ਨਹੀਂ ਠੀਕ ਆ ਅੱਜ ਧੁੰਦਾ ਹਾਂ ਅੱਜ ਧੁੰਦੇ ਤੇ ਅੱਜ ਮੈਂ ਕੋਈ ਨਹੀਂ ਦੇਖਣ ਜਿੰਦਾ ਹੈ ਅਜ ਮੈਂ ਕੋਈ ਨਹੀਂ ਦਖਲ ਦਿੰਦਾ ਅੱਜ ਮੋਬਾਈਲ ਅੱਜ ਤੇਰੀ ਇੰਟਰਵਿਊ ਬਣ ਰਹੀ ਆ ਤੂੰ ਗੱਲਾਂ ਦੱਸ ਜਿਹੜੀ ਮੈਂ ਤੈਨੂੰ ਪੁੱਛਦਾ ਤੂੰ ਐਂ ਦੱਸ ਵੀ ਤੈਨੂੰ ਦੁੱਧ ਵਧੀਆ ਲੱਗਦਾ ਕਿ ਚਾਹ ਵਧੀਆ ਲੱਗਦੀ ਆ ਇੱਕ ਦੁੱਧ ਇੱਕ ਤਨੀਆ 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 ਲੈ ਵੀ ਮੇਤਰੋ ਤਨੀਆ 'ਚ ਬੈਠੇ ਆ ਲੈ ਵੀ ਹੁਣ ਦਰਸ਼ਕ ਵੀਰੋ ਸਾਨੂੰ ਦੱਸ ਦੀਏ ਵੀ ਇਹ ਚੌੜ ਬਹੁਤ ਜ਼ਿਆਦਾ ਕਰਦਾ ਐਵੇਂ ਕਿ ਵੀਡੀਓ ਘਾਬੋ ਵੀਡੀਓ ਤਾਂ ਬਹਾਨੇ ਲਈ ਨਾ ਹੁਣ ਵੀ ਇੱਕ ਇਹ ਦਰਸ਼ਕ ਵੀਰੋ ਇਹ ਡਰਾਮੇਵਾਜ਼ ਆ ਡੰਮੇਵਾਜ਼ ਥੋੜੀ ਆ ਹੂੰ ਤੂੰ ਰੋਂ ਲੱਗ ਜਾਣਾ ਕਿਤੇ ਹੱਸਣ ਲੱਗ ਜਾਣਾ ਬਾਰੇ ਤੇ ਤੀ ਚ ਲੈ ਜੀ ਹਮਾ ਤੀ ਚ ਇੱਕੇ ਡੱਬਸ ਕੇ ਵੀਰੋਂ ਮੈਨੂੰ ਡਰਾਉਂਦਾ ਏ ਮੈਨੂੰ ਮੈਂ ਤੀ ਚ ਲੈ ਜੀ ਹਮਾ ਹਾਂ ਤੇ ਹੁਣ ਮੈਂ ਇਹ ਵੀ ਦੱਸਦਾ ਵੀ ਮੈਂ ਪੁਲਿਸ ਚਾਂ ਤੇ ਉਸਨੂੰ ਇੰਟਰਵਿਊ ਹੋ ਜਾਂਦਾ ਉੱਥਾਨੇ ਬਹਿ ਜਾ ਬਹਿ ਜਾ ਬਹਿ ਜਾ ਇੰਟਰਵਿਊ ਚੱਲੀ ਜਾਂਦੀ ਤੇਰੀ ਇਹ ਇਹ ਜਦੋਂ ਮੈਂ ਇਹਦੇ ਘਰੇ ਆ ਜਨਾ ਦਰਸ਼ਕ ਵੀਰੋਂ ਇਹ ਇੱਕ ਮੈਨੂੰ ਕੁੱਤੇ ਤੋਂ ਡਰਾਉਂਦਾ ਹੁੰਦਾ ਸਰ ਕੁੱਤੇ ਨੂੰ ਸਾਦੇ ਤੇ ਲਾ ਮਾ ਉਰੀ ਖੱਡੀ ਜਾਊਗਾ ਮਮ ਖੇਢੀ ਜੋ ਤੂੰ ਜਾਣ ਕੇ ਕਹਿਣਾ ਵੀ ਫਿਰ ਮੈਂ ਉਹਨੂੰ ਕਹਿ ਦੂੰ ਜਿੰਮੀ ਜਿੰਮੀ ਇਹਨੂੰ ਵੱਡ ਲਾ ਕੇਵਲੇ ਨੂੰ ਵੇ ਸਾਡੇ ਘਰੇ ਆਇਆ ਹੈਣਾ ਦੇਖ ਇਹ ਤਾਂ ਨਮਜੂਬੂਤ ਲੱਗਦੇ ਤੇ ਇੱਕ ਦਰਸ਼ਕ ਵੀਰੇ ਇਹਦੇ ਕੱਪੜੇ ਨੇ ਇਹ ਕੱਪੜੇ ਸੋਹਣੇ ਨਹੀਂ ਪਉਂਦਾ ਪਉਣਾ ਹੋਰ ਜੀ ਤਾਂ ਭਲੀ ਖੰਦਾ ਹਾਂ ਅੱਜ ਤਾਂ ਭਲਾ ਲੋ ਸਮਤੀ ਤਾਂ ਮੌਸਮ ਨਹੀਂ ਠੀਕ ਹੈ ਇੰਟਰਵਿਊ ਨੂੰ ਪੂਰੀ ਕਰਾ ਫਿਰ ਤੇਰੀ ਵੱਡੇ ਚੈਨਲ ਵਾਲੇ ਇੰਟਰਵਿਊ ਕਰਨ ਆਉਣਗੇ ਆ ਦੇਖੋ ਮੇਤਰੋ ਇਹ ਜੇ ਮੈਂ ਤੁਹਾਨੂੰ ਮੈਂ ਪਹਿਲਾਂ ਕਿਹਾ ਇਹ ਬਹਾਨੇਬਾਜ਼ ਆ ਇੱਕ ਬੰਦਾ ਤੇ ਹੁਣ ਇਹ ਬਹਾਨੇ ਲਾ ਰਿਹਾ ਤੂੰ ਤਾਂ ਮੈਂ ਤਾਂ ਸੌਣਾ ਜਾ ਸੌਣਾ ਸੌਣਾ ਨਹੀਂ ਇੰਟਰਵਿਊ 'ਚ ਨਹੀਂ ਸੌਂਦੇ ਹੁੰਦੇ ਇੰਟਰਵਿਊ ਚੱਲਦੀ ਜਾਂਦੀ ਆ ਇੰਟਰਵਿਊ ਤੋਂ ਬਾਅਦ ਸੌਣ ਜੀ ਬਾਅਦ ਤੂੰ ਕੀ ਕਰੂਗਾ ਮੈਂ ਬਾਅਦ ਨਹੀਂ ਜੇ ਇੰਟਰਵਿਊ ਚੱਲ ਗਈ ਮਤਲਬ ਕਿ ਕੀ ਲੈਣਗੇ ਫਿਰ ਤੂੰ ਗਿਫਟ ਇੱਕ ਗਿਫਟ ਇੱਕ ਟੈਂਕੀ ਟੈਂਕੀ ਕੀ ਕਰਨੀ ਤੇ ਉਹ ਨੋ ਨਹੀਂ ਆਪੇ ਉਹ ਮੈਗੀ ਛੜਤਾ ਨਾ ਉਹਨੂੰ ਇੱਕ ਟੈਂਕੀ ਲੈਣੀ ਆ ਲੈ ਵੀ ਮਿੱਤਰੋ ਨਾ ਉਹਨੂੰ ਇਹ ਟੈਂਕੀ ਲੂ ਇੱਕ ਹੋਰ ਕੀ ਲਾਏਗਾ ਫਿਰ ਹਾਂ ਰੁਕ ਜਾ ਸੋਚ ਕੇ ਦੱਸੇਗਾ ਹਾਂ ਕੀ ਚੀਜੀ ਚੱਲ ਠੀਕ ਐ ਇੱਕ ਹੋਈ ਚਾ ਇੱਕ ਚੀਜੀ ਇੱਕ ਗਿੱਟ ਇੱਕ ਨਾ ਕੁਝ ਮੈਨੂੰ ਲੋਕ ਕਹਿੰਦੇ ਵੀ ਤੂੰ ਪੁਲਿਸ ਚ ਆ ਹੈਗਾ ਕਿ ਨਾ ਮੈਨੂੰ ਦੱਸ ਇਹਨਾਂ ਨੂੰ ਹੈਗਾ ਕਿ ਨਾ ਪੁਲਿਸ ਚ ਮੈਂ ਹੈ ਫਿਰ ਤੂੰ ਰੋਂਦਾਗਾ ਤੁਸੀਂ ਪਹਿਲੀ ਵੀਡੀਓ ਚ ਨਾ ਨਾ ਟੈਂ ਟੇ ਪਾਣੀ ਵੀ ਨਾ ਨਾ ਟੈਂ ਤੇ ਚਾਹ ਪੀ ਨਾ ਹੂੰ ਟਾਈਮ ਤੇ ਸੌਣਾ ਟਾਈਮ ਤੇ ਉੱਠਣਾ ਜੇ ਨਾ ਤੂੰ ਟਾਈਮ ਤੇ ਸੁੱਤਾ ਉੱਠਿਆ ਜਾਂ ਚਾਹ ਪਾਣੀ ਨਾ ਪੀਤਾ ਫੇਰ ਕੀ ਕਰਾਂਗੇ ਤੈਨੂੰ ਕਿਵੇਂ ਸੌਣਾ ਹੁੰਦਾ ਐ ਦੇਖੋ ਮੇਤਰ ਜਾਨ ਨੂੰ ਪਹਿਲਾਂ ਕਹਿ ਫੇਰੇ ਡਰਾਮੇਵਾਜਾ ਜਾਣ ਕੇ ਘਰਾੜੀ ਮਾਰ ਰਿਹਾ ਏ ਸੋਣਾ ਸੋਣਾ ਨਹੀਂ ਚੱਲ ਚੱਲ ਇਹ ਦੂਸਰਾ ਫੋਨ ਕੱਢੀ ਪੁਲਿਸ ਵਾਲੇ ਨੂੰ ਫੋਨ ਕਰ ਹੀ ਦੇਣਾ ਗੱਡੀ ਨੂੰ ਤੂੰ ਆ ਗਈ ਗਾਦਾ ਯਾਰ ਪੁਲਿਸ ਵਾਲੇ ਨੂੰ ਤੂੰ ਆ ਗਈ ਗਾਦਾ ਪੁਲਿਸ ਵਾਲੇ ਨੂੰ ਜਰ ਕੇ ਹਣ ਵਾਲੇ ਤਾਂ ਮੈਨੂੰ ਜਰਨੀ ਜੀ ਕਹਿਣਾ ਹਾਂ ਕਾ ਕੀ ਕਰਦੀਆਂ ਹਾਂ ਹਾਂ ਹੈਲੋ ਹਾਂਜੀ ਪੁਲਿਸ ਜੀ ਆ ਕੀ ਕਰਦਾ ਆ ਗੱਡੀ ਆਇਓ ਲੈ ਕੇ ਗੀੜ ਚ ਹਲੇ 4:30 ਵਜੇ ਨੇ ਗੱਡੀ ਲੈਓ ਮੈਂ ਦੇਖ ਤੂੰ ਬਲਛਵਾਰਾ ਨਹੀਂ ਹਾਂ ਨੂੰ ਛੱਡਾ ਇਹਨੂੰ ਕਿਉਂ ਛੱਡਾ ਫਿਰ ਜਾ ਇੰਟਰਵਿਊ ਕਰਾ ਲੈ ਸਿੱਧਾ ਮੈਂ ਨਹੀਂ ਦੇਖਣਾ ਹਾਂ ਪਤੰ ਮੈਬਲੀ ਵਾਲਾ ਦੀ ਹਾਂ ਮੇਰਾ ਨਾ ਤਾਂ ਮੈਂ ਮੈਬਲੀ ਛੁਬਾ ਲੈਣ ਨੂੰ ਹੂੰ ਕਰ ਦੂੰ ਠੀਕ ਹੈ ਠੀਕ ਹੈ ਚੱਲ ਵੀਡੀਓ ਬਣਾ ਲੈ ਫਿਰ ਬੈਜਾ ਇਹਦਾ ਮੈਂ ਪੁਲਿਸ ਨੂੰ ਫੋਨ ਕਰਦਾ ਸੀ ਇੱਥੇ ਰੱਖ ਲੈ ਨਹੀਂ ਫਿਰ ਵੀਡੀਓ ਬਣਾ ਲਾ ਦੋ ਮਿੰਟ ਹੂੰ ਤੇ ਅਗਲੀ ਵੀਡੀਓ ਤੇਰੀ ਹੋਰ ਵੀ ਪਾਵਾਂਗੇ ਬੱਡੀ ਹੋਰ ਗੱਲ ਸੁਣਾ ਦੇ ਕੋਈ ਓਏ ਫੋਨ ਨਾ ਬਜੀ ਆਂਦਾ ਸੀ ਨਾ ਨਾ ਬੱਜਿਆ ਨਹੀਂ ਫੋਨ ਨਹੀਂ ਇਹ ਤਾਂ ਪੁਲਿਸ ਦਾ ਮਾਈਕ ਰੰ ਲਾ ਗਿਆ ਫੇਣ ਨਾ ਹਾਂਜੀ ਹਾਂਜੀ ਗੱਡੀ ਲੈ ਕੇ ਆਵੇ ਜੀ ਇੱਕ ਮੈਂ ਤੇਰੀ ਦੇਖ ਹਾਂ ਤੈਂ ਤਾਂ ਰੋਟੀ ਖਾ ਨਾ ਹਾਂ ਖਾਣਾ ਹੁੰਨਾ ਰੋਟੀ ਤੂੰ ਹਾਂ ਟਾਈਮ ਤੇ ਮੈਂ ਤਾਂ ਖਾਣਾ ਹੁੰਨਾ ਮੈਂ ਬੁਲਚੂ ਵੜਾ ਹਾਂ ਫੇਰ ਪੁੱਛ ਮੈਨੂੰ ਉਹਨੂੰ ਸਵਾਲ ਪੁੱਛ ਫੇਰ ਤੈਂ ਤਾਂ ਰੋਟੀ ਖਾ ਨਾ ਹਾਂਜੀ ਮੈਂ ਖਾਣਾ ਹੁੰਨਾ ਜੀ ਕਾਲੀ ਵਿੰਨਾ ਨਾ ਇੰਨਾ ਹੁੰਨਾ ਜੀ ਤੇ ਇੰਟਰਵਿਊ ਭਾਈ ਹਾਂ ਇੰਟਰਵਿਊ ਬਣਾਉਂਗਾ ਜੀ ਮੈਂ ਤੈਨੂੰ ਗੋਲੀ ਮਾਰ ਦੂੰ ਗੋਲੀ ਮਾਰਦਾ ਹਾਂ ਤੂੰ ਹਾਂ ਹੰਦਾ ਪੂਣਾ ਬੈਠ ਫਿਰ ਉਰੇ ਬੈਠ ਫਿਰ ਆਪਾਂ ਨਾਲੇ ਵੀਡੀਓ ਚੱਲ ਉਹਨਾਂ ਨੂੰ ਦੱਸ ਦੇ ਦਰਸ਼ਕ ਵੀਰਾਂ ਨੂੰ ਦੱਸ ਦੇ ਫਿਰ ਵੀਡੀਓ ਬੰਦ ਕਰਾਂਗੇ ਫਿਰ ਠੰਡ ਵਾਲੀ ਹੋ ਗਈ ਉਹਨਾਂ ਨੂੰ ਦੱਸ ਦੇ ਵੀ ਠੰਡ ਬਹੁਤ ਹੋ ਗਈ ਹੁਣ ਵੀਡੀਓ ਫੇਰ ਬਣਾਵਾਂਗੇ ਜੀ ਅਸੀਂ ਤੇ ਤੇਰੇ ਸਕੂਟਰ ਜਿਹੜੀ ਤੂੰ ਸਾਈਕਲੀ ਜੀ ਤੇ ਆਇਆ ਉਹ ਸਾਈਕਲੀ ਤਾਂ ਆਪਦਾ ਘਰ ਨੂੰ ਵਗ ਜਾ ਹੁਣ ਨਾ ਹੂੰ ਇੱਕ ਇਹ ਦਰਸ਼ਕ ਵੀਰਾਂ ਨੂੰ ਨਾਉਂਦਾ ਨਹੀਂ ਇਹ ਨਾਉਂਗਾ ਅੱਜ ਵੀ ਮੂੰਹ ਹੱਥ ਧੋ ਕੇ ਆਇਆ ਕੰਨਤਾ ਹਾਂ ਲੰਗ ਨੰਨ ਮਾ ਜਮੇ ਹਾਂ ਚੱਲ ਫਿਰ ਚੰਗਾ ਨਾਲ ਆ ਜਾ ਕੇ ਹੁਣ ਕਹਦੇ ਮੈਂ ਨਾ ਹੁਣਾ ਜੀ ਰੋਟੀ ਖਾਣਾ ਕਹਦੇ ਕੱਲ ਨੂੰ ਵੀਡੀਓ ਨਾ ਉਹ ਉਧਰ ਕਹਿ ਕੇ ਜਾ ਕੈਮਰੇ ਕੀ ਕੱਲ ਨੂੰ ਵੀਡੀਓ ਬਹਾਮਾ ਦੇ ਸასი ਕਾਲ ਮੈਂ ਸਾਸੀ ਚੱਲ ਧੰਨਵਾਦ ਜੀ ਧੰਨਵਾਦ